ਅੰਦੋਲਨ ਦੇ ਕਿਸਾਨ ਹੋਰ ਸ਼ਹੀਦ ਹੋਇਆ ਵਾ। ਦਰਸ਼ਨ ਸਿੰਘ ਪੁੱਤਰ ਜਰਨੈਲ ਸਿੰਘ, ਪਿੰਡ ਅਮਰਗੜ੍ਹ, ਜ਼ਿਲ੍ਹਾ ਬਠਿੰਡਾ। ਉਹਨਾਂ ਦੀ ਉਮਰ ਹੈਗੀ 62 ਸਾਲ ਅਤੇ ਇਸ ਵੇਲੇ ਉਹਨਾਂ ਦੀ ਬੋਡੀ ਇਸ ਹਸਪਤਾਲ 'ਚ ਅਤੇ ਹਾਰਟ ਅਟੈਕ ਨਾਲ ਉਹਨਾਂ ਦੀ ਮੌਤ ਹੋਈ ਆ। ਠੀਕ ਆ, ਇਹਦੇ ਲਈ ਵੀ ਡਿਮਾਂਡ ਕਰਦੇ? ਹਾਂ, ਇਹਦੇ ਲਈ ਵੀ ਸੇਮ ਟੂ ਸੇਮ ਜਿਵੇਂ ਪਹਿਲੇ ਜਿਹੜੇ ਅੰਦੋਲਨ 'ਚ ਹੋਏ ਸ਼ਹੀਦਾਂ ਪ੍ਰਤੀ ਹੈਗਾ। ਹਾਂ, ਉਹਨਾਂ ਨੂੰ 5 ਲੱਖ ਰੁਪਈਆ ਉਹਨਾਂ ਦੇ ਇੱਕ ਜਿਹਨੂੰ ਨੌਕਰੀ ਦੀ ਗੱਲ ਹੋਈ ਹੋਈ ਹੈ। ਹਾਂ ਨਹੀਂ, ਦੋਵਾਂ ਨੂੰ ਪਹਿਲੇ ਨੂੰ, ਆਹ ਤਾਂ ਤੀਜਾ ਹੈਗਾ ਨਹੀਂ, ਇਹ ਕਨਫਰਮ ਕਰਦੇ ਹਾਂ ਵੀ ਮਿਲਿਆ ਕਿ ਨਹੀਂ ਮਿਲਿਆ। ਜਿਹੜਾ ਐਲਾਨ ਹੋਇਆ, ਬਿਲਕੁਲ ਜਦੋਂ ਸਾਡੇ ਕੋਲ ਪ੍ਰਸਤਾਵ ਆਊਗਾ ਇਹ ਖੁੱਲੇ ਦਿਲ ਨਾਲ। ਜਿਹੜਾ 1 ਕਰੋੜ ਰੁਪਈਆ ਅਨਾਊਂਸ ਕੀਤਾ ਗਿਆ ਇਹਦੇ ਬਾਰੇ ਮੈਂ 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 ਹਾਲੇ ਆਗੂਆਂ ਨਾਲ ਗੱਲ ਕਰਕੇ ਸੁਣ ਜਮਹੂਰੀਅਤ ਦਾ ਕਾਣ ਆ। ਇਸੇ ਕਰਕੇ UNO ਦੀ ਆਪਣਾ ਪਾਰਲੀਮੈਂਟ ਦੇ ਵਿੱਚ ਜਿਵੇਂ ਮੁੱਦਾ ਉੱਠ ਰਿਹਾ, ਇਹ ਭਾਰਤ ਦੀ ਛਵੀ ਕੇਂਦਰ ਸਰਕਾਰ ਦੀ ਪਾਲਿਸੀ ਕਰਕੇ ਬਦਨਾਮ ਹੋ ਰਹੀ ਹੈ। ਨਿੰਦਾ ਕਰਦੇ ਹਾਂ, ਦੇਖੋ ਅਜੇ ਉਹਦੇ ਬਾਰੇ ਕਨਫਰਮੇਸ਼ਨ ਨਹੀਂ ਹੈਗੀ। ਨਹੀਂ ਦੇਖੋ, ਇਹ ਸਾਰੀ ਪ੍ਰਸਥਿਤੀ ਤੇ ਜਾਇਜ਼ੇ ਲੈ ਰਹੇ ਹਾਂ। ਆਪਾਂ ਠੀਕ ਆ, ਜੇ ਉਹਨਾਂ ਰਾਸ਼ੀ ਦਿੱਤੀ ਆ ਫਿਰ ਵੀ ਗੱਲ ਸਾਰੀ ਤੇ ਵਿਚਾਰਦੇ ਹਾਂ। ਅੰਦੋਲਨ ਦੇ ਕਿਸਾਨ ਹੋਰ ਸ਼ਹੀਦ ਹੋਇਆ ਵਾ। ਦਰਸ਼ਨ ਸਿੰਘ ਪੁੱਤਰ ਜਰਨੈਲ ਸਿੰਘ, ਪਿੰਡ ਅਮਰਗੜ੍ਹ, ਜ਼ਿਲ੍ਹਾ ਬਠਿੰਡਾ। ਉਹਨਾਂ ਦੀ ਉਮਰ ਹੈਗੀ 62 ਸਾਲ ਅਤੇ ਇਸ ਵੇਲੇ ਉਹਨਾਂ ਦੀ ਬੋਡੀ ਇਸ ਹਸਪਤਾਲ 'ਚ ਅਤੇ ਹਾਰਟ ਅਟੈਕ ਨਾਲ ਉਹਨਾਂ ਦੀ ਮੌਤ ਹੋਈ ਆ। ਠੀਕ ਆ, ਇਹਦੇ ਲਈ ਵੀ ਡਿਮਾਂਡ ਕਰਦੇ? ਹਾਂ, ਇਹਦੇ ਲਈ ਵੀ ਸੇਮ ਟੂ ਸੇਮ ਜਿਵੇਂ ਪਹਿਲੇ ਜਿਹੜੇ ਅੰਦੋਲਨ 'ਚ ਹੋਏ ਸ਼ਹੀਦਾਂ ਪ੍ਰਤੀ ਹੈਗਾ। ਹਾਂ, ਉਹਨਾਂ ਨੂੰ 5 ਲੱਖ ਰੁਪਈਆ ਉਹਨਾਂ ਦੇ ਇੱਕ ਜਿਹਨੂੰ ਨੌਕਰੀ ਦੀ ਗੱਲ ਹੋਈ ਹੋਈ ਹੈ। ਹਾਂ ਨਹੀਂ, ਦੋਵਾਂ ਨੂੰ ਪਹਿਲੇ ਨੂੰ, ਆਹ ਤਾਂ ਤੀਜਾ ਹੈਗਾ ਨਹੀਂ, ਇਹ ਕਨਫਰਮ ਕਰਦੇ ਹਾਂ ਵੀ ਮਿਲਿਆ ਕਿ ਨਹੀਂ ਮਿਲਿਆ। ਜਿਹੜਾ ਐਲਾਨ ਹੋਇਆ, ਬਿਲਕੁਲ ਜਦੋਂ ਸਾਡੇ ਕੋਲ ਪ੍ਰਸਤਾਵ ਆਊਗਾ ਇਹ ਖੁੱਲੇ ਦਿਲ ਨਾਲ। ਜਿਹੜਾ 1 ਕਰੋੜ ਰੁਪਈਆ ਅਨਾਊਂਸ ਕੀਤਾ ਗਿਆ ਇਹਦੇ ਬਾਰੇ ਮੈਂ ਹਾਲੇ ਆਗੂਆਂ ਨਾਲ ਗੱਲ ਕਰਕੇ ਸੁਣ ਬਿਲਕੁਲ ਇਹ ਜਮਹੂਰੀਅਤ ਦਾ ਕਾਣ ਆ। ਇਸੇ ਕਰਕੇ UNO ਦੀ ਆਪਣਾ ਪਾਰਲੀਮੈਂਟ ਦੇ ਵਿੱਚ ਜਿਵੇਂ ਮੁੱਦਾ ਉੱਠ ਰਿਹਾ, ਇਹ ਭਾਰਤ ਦੀ ਛਵੀ ਕੇਂਦਰ ਸਰਕਾਰ ਦੀ ਪਾਲਿਸੀ ਕਰਕੇ ਬਦਨਾਮ ਹੋ ਰਹੀ ਹੈ। ਨਿੰਦਾ ਕਰਦੇ ਹਾਂ, ਦੇਖੋ ਅਜੇ ਉਹਦੇ ਬਾਰੇ ਕਨਫਰਮੇਸ਼ਨ ਨਹੀਂ ਹੈਗੀ। ਨਹੀਂ ਦੇਖੋ, ਇਹ ਸਾਰੀ ਪ੍ਰਸਥਿਤੀ ਤੇ ਜਾਇਜ਼ੇ ਲੈ ਰਹੇ ਹਾਂ। ਆਪਾਂ ਠੀਕ ਆ, ਜੇ ਉਹਨਾਂ ਰਾਸ਼ੀ ਦਿੱਤੀ ਆ ਫਿਰ ਵੀ ਗੱਲ ਸਾਰੀ ਤੇ ਵਿਚਾਰਦੇ ਹਾਂ।